शरद शरण ज जन पर शरद शरण ज जन पर शरद शरण जो जन परे शरद शरण जो जन परे सो जन उतरण सो जन संत के दुखन हार जा खटे संत के दुखन हार जा खटे संत के दुखन जमते नहीं छूटे संत के दुख न सुख सब जाए संत के दुख न सुख सब जाए संत के दुख न नरक में पाए संत के दुख
Oh, no, no, no.
ਪਰ ਜੇ ਮੈਂ ਤੁਹਾਡੀ ਕਿਸੇ ਨਿੰਦਾ ਕਰਾਂ ਤੁਹਾਨੂੰ ਚੰਗੀ ਲੱਗੇਗੀ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਬਾਣੀ ਆਖਦੀ ਹੈ, ਕਹਿੰਦੇ ਸਭਨਾ ਮਨ ਮਾਣਕ ਥਾਣ ਮੂਲ ਮਚਾਉਗਾ। ਸਭਨਾ ਦੇ ਹਿਰਦੇ ਅੰਦਰ ਇੱਕ ਐਸਾ ਮੋਤੀ ਵਸਦਾ, ਮਾਲਕ ਨੇ ਐਸਾ ਮੋਤੀ ਰੱਖਿਆ ਹੋਇਆ, ਮਾਣਕ ਕੀਮਤੀ ਮੋਤੀ, ਥਾਣ ਮੂਲ ਮਚਾਉਗਾ। ਬਾਬਾ ਫਰੀਦ ਜੀ ਦੀ ਪਵਿੱਤਰ ਵਚਨ ਦੇ ਕਹਿੰਦੇ, ਜੇ ਤੋ ਪਿਆ ਦੀ ਸਿੱਖ, ਜੇ ਤੈਨੂੰ ਵਾਹਿਗੁਰੂ ਮਿਲਣ ਦੀ ਸਿੱਖ ਹੈ ਤੇ ਹਯਾਉ ਨਾ ਠਾਹੇ ਕਹੀਦਾ ਕਿਸੇ ਦਾ ਮਨ ਨਾ ਦੋ। ਮੇਰਾ ਮਨ ਲੋਚਿਆ ਗੁਰਦਰਸ਼ਨ, ਇੱਥੇ ਗੁਰੂ ਨੂੰ ਪੁੱਛਦੇ, ਮੇਰਾ ਮਨ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਹੈ। ਤੇ ਉਸ ਲੋਚ ਦੀ ਉਦਾਹਰਣ ਦਿੱਤੀ ਹੈ, ਬਿਲਪ ਕਰੇ ਇਸ ਤਰ੍ਹਾਂ ਦਾ ਲੋਚਦਾ ਹੈ, ਚਾਦਰ ਕੀ ਨਿਆਏ ਜਿਵੇਂ ਬਬੀਅਰ ਪ੍ਰਯੋਗ ਪ੍ਰਯੋਗ ਕਰਦਾ ਹੈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਬਿਆਰੇ ਜੀ। ਹੁਣ ਜਿੱਥੇ ਰਾਗ ਸੰਤ ਲੈ, ਉੱਥੇ ਗੁਰੂ ਆਖਿਆ ਸੀਗਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਉਸੇ ਗੁਰੂ ਨੂੰ ਇੱਥੇ ਕੀ ਆਦਤ ਹੈ, ਗੁਰਦਰਸ਼ਨ ਸੰਤ ਪਿਆਰੇ ਜੀ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਫਿਰ ਅੱਗੇ ਅੱਗੇ ਤਾਂ ਹਉ ਘੋਲੀ ਜੀ ਹੋ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੀ। ਹੁਣ ਇੱਥੇ ਦੋਵੇਂ ਲਫ਼ਜ਼ ਇਕੱਠੇ ਕਰਦੇ, ਜਿਹੜੇ ਪਹਿਲਾਂ ਇੱਕ ਇੱਕ ਕਰਕੇ ਵਰਤਿਆ ਸੀ, ਇੱਕ ਵਾਰੀ ਗੁਰੂ ਆਖਿਆ ਇੱਕ ਵਾਰੀ ਸੰਤ ਆਖਿਆ, ਹੁਣ ਦੋਨਾਂ ਨੂੰ ਇਕੱਠੇ ਕਰ ਗੁਰਦਰਸ਼ਨ ਸੰਤ ਪਿਆਰੀ ਜੀ। ਮੈਂ ਹੋਰ ਕਿਸੇ ਸੰਤ ਦੇ ਨਹੀਂ, ਮੈਂ ਗੁਰੂ ਗੁਰੂ ਸੰਤ ਦੇ ਦਰਸ਼ਨਾਂ ਦੀ ਮੇਰਾ ਮਨ ਪੁੱਛ ਗੁਰੂ ਗੁਰੂ ਸੰਤ ਉਸੇ ਨੂੰ ਅੱਗੇ ਆਉਂਦੇ ਨੇ ਕਹਿੰਦੇ, ਤੇਰਾ ਮੁੱਖ ਸੁਭਾਵਾ ਜੀ ਉਸੇ ਬਾਣੀ ਚਿਰੋ ਵਾ ਦੇਖੇ ਸਾਰੰਗ ਬਾਣੀ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਗੁਰਦਰਸ਼ਨ ਸੰਤ ਪਿਆਰੇ ਜੀ। ਹੁਣ ਇਸ ਅੰਦਰ ਕਿਸੇ ਮਨੁੱਖ ਨੂੰ ਜੇ ਕੋਈ ਭੁਲੇਖਾ ਲੱਗੇ ਜਾਂ ਕੋਈ ਭੁਲੇਖਾ ਪਾਵੇ ਤਾਂ ਸਾਡੀ ਸੋਚ ਜੀ ਥੋੜ੍ਹੀ ਜਿਹੀ ਅੰਦਰ ਹੋ ਸਕਦੀ ਹੈ, ਅਸੀਂ ਸੋਚਣਾ ਹੀ ਨਹੀਂ ਚਾਹੁੰਦੇ, ਅਸੀਂ ਸੋਚ ਕੇ ਤੁਰਨਾ ਹੀ ਨਹੀਂ ਚਾਹੁੰਦੇ, ਤੇ ਸਾਨੂੰ ਜਿਸ ਤਰ੍ਹਾਂ ਕਹਿ ਦੇ ਅਸੀਂ ਉਹਦੇ ਮਗਰੀ ਉੱਠ ਕੇ ਦੌੜ ਜਾਈਏ। ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ, ਭਾਗ ਹੋਵਾ ਗੁਰਸੰਤ ਬੁਲਾਇਆ, ਮੈਨੂੰ ਗੁਰੂ ਸੰਤ ਮਿਲਿਆ ਮੇਰੇ ਭਾਗ ਜਾ ਕੇ। ਇਸ ਕਰਕੇ ਇਸ ਅਸ਼ਟਪਦੀ ਦੇ ਸਹਾਰੇ ਉੱਤੇ ਕੁਝ ਉਹ ਲੋਕ ਜਿਹੜੇ ਥੋੜ੍ਹੀ ਜਿਹੀ ਬੁੱਧੀ ਤੇਜ਼ ਬੁੱਧੀ ਰੱਖਦੇ ਨੇ ਚਤੁਰ ਬੁੱਧੀ, ਉਹ ਇਸ ਦੇ ਸਹਾਰੇ ਉੱਤੇ ਆਪਣਾ ਸਭ ਕੁਝ ਚਲਾ ਰਹੇ ਨੇ, ਅਸੀਂ ਵੀ ਚਲਾਉਣ ਕਰ ਰਹੇ ਹਾਂ ਸਾਰੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਰੂਪ ਅੰਦਰ ਇਸ ਅਸ਼ਟਪਦੀ ਅੰਦਰ ਗਿਆਨੀ ਹਰਬੰਸ ਸਿੰਘ ਜੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਟੀਕ ਨਿਰਣਾ ਲਿਖਿਆ, ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਬਾਅਦ ਸੰਪੂਰਨ ਟੀਕਾ ਉਹਨਾਂ ਨੇ ਕੀਤਾ, ਪਰ ਬੜਾ ਬੜਾ ਖੋਜ ਕੇ ਕੀਤਾ ਉਹਨਾਂ ਨੇ। ਹੁਣ ਤੱਕ ਜਿੰਨੇ ਵੀ ਟੀਕੇ ਹੋਏ ਨੇ, ਜੇ ਕਿਸੇ ਵੀ ਨੂੰ ਕਿਸੇ ਨੂੰ ਸ਼ੌਕ ਹੋਵੇ ਪੜ੍ਹਨ ਦਾ ਤਾਂ ਜ਼ਰੂਰ ਉਸ ਟੀਕੇ ਨੂੰ ਪੜ੍ਹਨ ਦਾ ਯਤਨ ਕਰਨਾ। ਹੁਣ ਤੱਕ ਜਿੰਨੇ ਵੀ ਟੀਕੇ ਕੀਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ, ਜਿੰਨੇ ਵੀ ਅਰਥਾਂ ਸਮੇਤ ਗੁਰਬਾਣੀ ਦੇ ਪ੍ਰਾਪਤ ਨੇ, ਉਹਨਾਂ ਦੇ ਸਾਰੇ ਪਿੱਛੇ ਹੋ ਚੁੱਕੇ ਜਿਤਨੇ ਉਹਨਾਂ ਤੋਂ ਪਹਿਲਾਂ ਦੇ ਜਿਤਨੇ ਟੀਕੇ ਹੋਏ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਸਾਹਮਣੇ ਰੱਖਿਆ।
ਔਰ ਹਰ ਇੱਕ ਨੂੰ ਮੇਲ ਮੇਲ ਕੇ ਵੀ ਕਿਸੇ ਨੇ ਕੀ ਆਖ ਉਹਨੇ ਕੀ ਆਖਿਆ ਉਹਨੇ ਕੀ ਆਖਿਆ ਉਹਨੇ ਕੀ ਆਖਿਆ ਜਿੱਥੇ ਭਿੰਨਤਾ ਕਿਤੇ ਪ੍ਰਾਪਤ ਹੋਈ ਹੈ ਉਹਨਾਂ ਨੂੰ ਇੱਕ ਦੂਜੇ ਵਿੱਚੋਂ ਉਹ ਸਾਰੀ ਭਿੰਨਤਾ ਵੀ ਉਹਨਾਂ ਨੇ ਨਾਲ ਦੀ ਨਾਲ ਤੇ ਗੁਰਬਾਣੀ ਵਿਆਕਰਣ ਦੇ ਹਿਸਾਬ ਨਾਲ ਜਿਹੜੀ ਸਭ ਤੋਂ ਨੇੜੇ ਜਿਹੜੇ ਅਰਥ ਬਣਦੇ ਸਨ ਉਹ ਅਰਥ ਨਿਰਣਾ ਕਰਕੇ ਉਹਨਾਂ ਨੇ ਕਿਹਾ ਵੀ ਗੁਰਬਾਣੀ ਦੇ ਅਰਥਾਂ ਦੇ ਮੁਤਾਬਕ ਜਾਂ ਗੁਰਬਾਣੀ ਦੇ ਅੰਦਰ ਹੀ ਗੁਰਬਾਣੀ ਜੋ ਅਰਥ ਕਰਦੀ ਹੈ ਕਿਉਂਕਿ ਗੁਰਬਾਣੀ ਦੀਆਂ ਕਈ ਪੰਕਤੀਆਂ ਅਸ਼ੀਆ ਨੇ ਗੁਰਬਾਣੀ ਦੀਆਂ ਪੰਕਤੀਆਂ ਹੀ ਉਹਨਾਂ ਦਾ ਅਰਥ ਕਰਦੀਆਂ ਉਹਨਾਂ ਪੰਕਤੀਆਂ ਨੂੰ ਮੇਲ ਮੇਲ ਕੇ ਉਹਨਾਂ ਨੇ ਉਸਦਾ ਅਰਥ ਕੀਤਾ